ਜਿੱਥੋਂ ਤੱਕ ਦੂਸਰੀ ਪਾਰਟੀਆਂ ਦੇ ਸਾਡੇ ਬੰਦੇ ਜਿਹੜੇ ਕਾਂਗਰਸ ਪਾਰਟੀ ਦੇ ਸ਼ਾਮਿਲ ਕਰਨ ਦਾ ਸਵਾਲ ਹੈ, ਮੇਰਾ ਇਹ ਮੰਨਣਾ ਹੈ ਕਿ ਅੱਜ ਕਿਤੇ ਸਾਫ਼ ਸੰਕੇਤ ਨਜ਼ਰ ਆ ਰਿਹਾ, ਚਾਹੇ ਉਹ ਆਮ ਆਦਮੀ ਪਾਰਟੀ ਚਾਹੇ ਉਹ ਬੀਜੇਪੀ, ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸਿਆਸੀ ਜ਼ਮੀਨ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਪੈਰਾਂ ਦੇ ਹੇਠੋਂ ਖਿਸਕਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦਾ ਔਰ ਬੀਜੇਪੀ ਦਾ ਸਵਾਲ ਹੈ, ਉਹਨਾਂ ਨੇ ਇੱਥੋਂ ਤੱਕ ਵੀ ਕੀਤਾ ਕਿ ਸ਼ਾਇਦ ਉਹਨਾਂ ਨੂੰ ਪੰਜਾਬ ਦੀਆਂ 13 ਸੀਟਾਂ ਦੇ ਉੱਪਰ ਉਮੀਦਵਾਰ ਖੜ੍ਹੇ ਕਰਨ ਦੇ ਵਿੱਚ ਵੀ ਦਿੱਕਤ ਆਈ ਔਰ ਉਹਨਾਂ ਨੂੰ ਸਹਾਰਾ ਲੈਣਾ ਪਿਆ। ਕਾਂਗਰਸ ਦੇ ਵਿੱਚ ਸਨ ਲਾ ਕੇ ਇੱਥੋਂ ਉਮੀਦਵਾਰ ਜਿਹੜੇ ਸਾਡੇ ਲੀਡਰ ਸੀਗੇ ਉਹਨਾਂ ਨੂੰ ਸ਼ਾਮਿਲ ਕਰਵਾ ਕੇ ਉਹਨਾਂ ਨੂੰ ਵੀ ਅੱਗੇ ਉਮੀਦਵਾਰ ਬਣਾਇਆ ਗਿਆ। ਸੋ ਇਹ ਸਾਫ਼ ਸੰਕੇਤ ਦਿਖਾ ਰਿਹਾ ਕਿ ਜਿਹੜੀ ਪੋਲੀਟੀਕਲ ਬੈਂਕਰਪਸੀ ਹੈ ਇਹਨਾਂ ਪਾਰਟੀਆਂ ਦੀ, ਉਹ ਪੰਜਾਬ ਦੇ ਵਿੱਚ ਬੁਰੇ ਤਰੀਕੇ ਨਾਲ ਹੋ ਚੁੱਕੀ ਹੈ। ਬੀਜੇਪੀ ਦਾ ਸਵਾਲ ਹੈ, ਉਹਦੇ ਵਿੱਚ ਕਿਤੇ ਵੀ ਹੁਣ ਕਿਸੇ ਕੋਲ ਮੇਰੇ ਕੋਲ ਇਹ ਲੁਕਿਆ ਛੁਪਿਆ ਸਵਾਲ ਨਹੀਂ ਹੈ। ਜੋ ਉਹਨਾਂ ਦਾ ਰਵੱਈਆ ਕਿਸਾਨਾਂ ਦੇ ਪ੍ਰਤੀ ਦੇਸ਼ ਦੇ ਵਿੱਚ ਔਰ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਬੜਾ, ਉਹ ਇੱਕ ਮਾੜਾ ਵਤੀਰਾ ਔਰ ਇੱਕ ਜਿਹੜਾ ਸੀਗਾ ਅਨਫਰੈਂਡਲੀ ਐਟੀਟਿਊਡ ਸੀਗਾ ਬੀਜੇਪੀ ਦਾ ਕਿਸਾਨੀ ਦੇ ਪ੍ਰਤੀ, ਸਾਡੇ ਕਿਸਾਨ ਵੀਰਾਂ ਔਰ ਭਰਾਵਾਂ ਦੇ ਪ੍ਰਤੀ। ਕਾਂਗਰਸ ਦਾ ਸਟੈਂਡ ਹਮੇਸ਼ਾ ਜਿਹੜੀ ਹੈ ਉਹ ਕਾਂਗਰਸ ਨੇ ਪੰਜਾਬ ਦੀ ਔਰ ਦੇਸ਼ ਦੇ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਹੈ, ਚਾਹੇ ਉਹਨਾਂ ਦਾ ਕਰਜ਼ਾ ਮੁਆਫੀ ਦੀ ਗੱਲ ਕੀਤੀ ਗਈ ਹੋਵੇ। ਪੰਜਾਬ ਦੀ ਧਰਤੀ 'ਤੇ ਵੀ ਜਿਹੜਾ ਕਾਂਗਰਸ ਪਾਰਟੀ ਦਾ ਸਾਡੇ ਪਿਛਲੇ 5 ਸਾਲ ਸਰਕਾਰ ਗਈ ਹੈ ਉਹਦੇ ਵਿੱਚ ਜਿਹੜਾ ਸੀਗਾ ਕਿਸਾਨਾਂ ਦਾ ਕਰਜ਼ਾ ਮੁਆਫੀ ਦਾ ਸੀਗਾ ਜਿਹੜੀ ਉਹ ਉਸ ਦਿਸ਼ਾ ਦੇ ਵਿੱਚ ਕਾਂਗਰਸ ਪਾਰਟੀ ਨੇ ਚਾਹੇ ਥੋੜ੍ਹਾ ਕੀਤਾ ਚਾਹੇ ਬਹੁਤਾ ਕੀਤਾ, ਬਟ ਕੀਤਾ ਜ਼ਰੂਰ। ਜਾਖੜ ਸਾਹਿਬ ਜਿਹੜੇ ਹੈ ਇਹਨਾਂ ਬਿਆਨਬਾਜ਼ੀ ਦੇ ਉੱਤੇ ਸਾਫ਼ ਇਹ ਗੱਲਾਂ ਝਲਕਦੀਆਂ ਨੇ ਵੀ ਅੱਜ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਪਾਰਟੀ ਜਿੰਨੀ ਹੈਗੀ ਹੈ ਭਾਜਪਾ, ਉਹਦੇ ਜਿਹੜੀ ਜ਼ਮੀਨ ਸਿਆਸੀ ਜ਼ਮੀਨ ਜਿਹੜੀ ਹੈ ਪੈਰਾਂ ਦੇ ਹੱਥੋਂ ਜਿਹੜੀ ਹੈ ਉਹ ਹੇਠਾਂ ਖਿਸਕਦੀ ਨਜ਼ਰ ਆ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਸੁਖਿੰਦਰ ਸਿੰਘ ਡੈਨੀ ਜਿਹੜੇ ਕਿ ਕੋ ਚੇਅਰਮੈਨ ਕੈਂਪੇਨ ਕਮੇਟੀ ਨੇ ਇਸ ਟਾਈਮ 'ਤੇ ਕਾਂਗਰਸ ਦੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਆਪਣੀ ਗੱਲ ਰੱਖਣਗੇ। ਡੈਨੀ ਜੀ, ਜਿਹੜੀ ਖਾਸ ਕਰਕੇ ਗੱਲ ਕਰੀਏ ਤਾਂ ਮੈਂ ਤਾਂ ਉੱਥੋਂ ਸ਼ੁਰੂ ਕਰਾਂਗੀ ਕਿ ਦੂਜੀਆਂ ਪਾਰਟੀਆਂ ਨੇ ਲਗਾਤਾਰ ਇੱਕ ਮੁਹਿੰਮ ਵਿੱਢੀ ਹੋਈ ਹੈ, ਜਿੱਥੋਂ ਤੱਕ ਕਿ ਕਾਂਗਰਸ ਦਾ ਤਾਂ ਸਫਾਇਆ ਹੀ ਕਰ ਦੇਣਾ, ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਮੂਲੀਅਤ ਹੋ ਰਹੀਆਂ ਨੇ। ਬੀਜੇਪੀ ਲਗਾਤਾਰ ਸ਼ਮੂਲੀਅਤ ਕਰਾ ਰਹੀ ਹੈ ਦੂਜੀਆਂ ਪਾਰਟੀਆਂ 'ਚ ਤੋੜ ਤੋੜ ਕੇ, ਆਮ ਆਦਮੀ ਪਾਰਟੀ ਲਗਾਤਾਰ ਸ਼ਮੂਲੀਅਤ ਕਰਾ ਰਹੀ ਹੈ, ਪਰ ਉਹਦੇ ਨਾਲ ਹੀ ਇਹ ਵੀ ਦੇਖਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਸਿਰ ਜਿਹੜੇ ਇੰਡੀਆ ਬਲੋਕ 'ਤੇ ਜੁੜੇ ਹੋਏ ਨੇ। ਜਿੱਥੋਂ ਤੱਕ ਦੂਸਰੀ ਪਾਰਟੀਆਂ ਦੇ ਸਾਡੇ ਬੰਦੇ ਜਿਹੜੇ ਕਾਂਗਰਸ ਪਾਰਟੀ ਦੇ ਸ਼ਾਮਿਲ ਕਰਨ ਦਾ ਸਵਾਲ ਹੈ, ਮੇਰਾ ਇਹ ਮੰਨਣਾ ਹੈ ਕਿ ਅੱਜ ਕਿਤੇ ਸਾਫ਼ ਸੰਕੇਤ ਨਜ਼ਰ ਆ ਰਿਹਾ, ਚਾਹੇ ਉਹ ਆਮ ਆਦਮੀ ਪਾਰਟੀ ਚਾਹੇ ਉਹ ਬੀਜੇਪੀ, ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸਿਆਸੀ ਜ਼ਮੀਨ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਪੈਰਾਂ ਦੇ ਹੇਠੋਂ ਖਿਸਕਦੀ ਨਜ਼ਰ ਆ ਰਹੀ ਹੈ ਔਰ ਅੱਜ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਵਿੱਚ ਸੰਨ ਲਾ ਕੇ ਕਾਂਗਰਸ ਪਾਰਟੀ 'ਚ ਆਪਣੇ ਜਿਹੜੇ ਹੈ ਉਹ ਲੀਡਰ ਸ਼ਾਮਿਲ ਕਰਾਉਣ ਦੀ ਲੋੜ ਪੈ ਰਹੀ ਹੈ। ਜਿੱਥੋਂ ਤੱਕ ਇਹ ਆਮ ਆਦਮੀ ਪਾਰਟੀ ਦਾ ਔਰ ਬੀਜੇਪੀ ਦਾ ਸਵਾਲ ਹੈ, ਉਹਨਾਂ ਨੇ ਇੱਥੋਂ ਤੱਕ ਵੀ ਕੀਤਾ ਕਿ ਸ਼ਾਇਦ ਉਹਨਾਂ ਨੂੰ ਪੰਜਾਬ ਦੀਆਂ 13 ਸੀਟਾਂ ਦੇ ਉੱਪਰ ਉਮੀਦਵਾਰ ਖੜ੍ਹੇ ਕਰਨ ਦੇ ਵਿੱਚ ਵੀ ਦਿੱਕਤ ਆਈ ਔਰ ਉਹਨਾਂ ਨੂੰ ਸਹਾਰਾ ਲੈਣਾ ਪਿਆ। ਕਾਂਗਰਸ ਦੇ ਵਿੱਚ ਸਨ ਲਾ ਕੇ ਇੱਥੋਂ ਉਮੀਦਵਾਰ ਜਿਹੜੇ ਸਾਡੇ ਲੀਡਰ ਸੀਗੇ ਉਹਨਾਂ ਨੂੰ ਸ਼ਾਮਿਲ ਕਰਵਾ ਕੇ ਉਹਨਾਂ ਨੂੰ ਵੀ ਅੱਗੇ ਉਮੀਦਵਾਰ ਬਣਾਇਆ ਗਿਆ। ਸੋ ਇਹ ਸਾਫ਼ ਸੰਕੇਤ ਦਿਖਾ ਰਿਹਾ ਕਿ ਜਿਹੜੀ ਪੋਲੀਟੀਕਲ ਬੈਂਕਰਪਸੀ ਹੈ ਇਹਨਾਂ ਪਾਰਟੀਆਂ ਦੀ ਉਹ ਪੰਜਾਬ ਦੇ ਵਿੱਚ ਬੁਰੇ ਤਰੀਕੇ ਨਾਲ ਹੋ ਚੁੱਕੀ ਹੈ। ਡੈਨੀ ਜੀ, ਉਹ ਤਾਂ ਇਸ ਤਰ੍ਹਾਂ ਦੇ ਇਲਜ਼ਾਮ ਤੁਹਾਡੇ 'ਤੇ ਲਾਉਂਦੇ ਵੀ ਪੋਲੀਟੀਕਲ ਬੈਂਕਰਪਸੀ ਉਹਨਾਂ ਨੂੰ ਹੋ ਚੁੱਕੀ ਹੈ, ਤਾਂ ਹੀ ਕਰਕੇ ਉਹਨਾਂ ਨੂੰ ਬਹੁਤ ਲੰਮੀ ਦੇਰ ਤੱਕ ਬਹੁਤ ਮਤਲਬ ਦਿਨ ਲਾਏ ਉਹਨਾਂ ਨੇ ਆਪਣੇ ਉਮੀਦਵਾਰ ਜਿਹੜੇ ਹੈ ਅਨਾਊਂਸ ਕਰਨ ਦੇ ਵਿੱਚ, ਅਤੇ ਪੂਰੇ ਉਮੀਦਵਾਰ ਹੀ ਨਹੀਂ ਉਹਨਾਂ ਨੂੰ ਕਾਂਗਰਸ ਨੂੰ ਮਿਲ ਰਹੇ ਸੀ, ਇਹ ਤਾਂ ਆਮ ਤੌਰ 'ਤੇ ਹੀ ਕਿਹਾ ਜਾ ਰਿਹਾ। ਜਿੱਥੋਂ ਤੱਕ ਇਹ ਕੂੜ ਪ੍ਰਚਾਰ ਦੀ ਗੱਲ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ, ਮੈਂ ਇੰਨੀ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਕੇਵਲ 12-14 ਦਿਨ ਬਾਕੀ ਜਿਹੜੇ ਵਾਪਸ ਰਹਿ ਗਏ ਨੇ, 1 ਜੂਨ ਨੂੰ ਜਿਹੜੀਆਂ ਨੇ ਵੋਟਾਂ ਪੰਜਾਬ ਦੇ ਵਿੱਚ ਪੈ ਜਾਣੀਆਂ ਨੇ ਔਰ ਜਿੱਥੋਂ ਤੱਕ ਮੈਂ ਪਿੰਡ ਪਿੰਡ ਔਰ ਸ਼ਹਿਰ ਸ਼ਹਿਰ 'ਚ ਜਾ ਕੇ ਆਇਆ, ਇੱਕ ਗੱਲ ਬੜੀ ਸਾਫ਼ ਸਾਹਮਣੇ ਉੱਭਰ ਕੇ ਆਈ ਹੈ ਕਿ ਪੰਜਾਬ ਦੇ ਲੋਕ, ਪੰਜਾਬ ਦਾ ਆਵਾਮ ਮਨ ਬਣਾ ਚੁੱਕਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ
ਔਰ ਬੀਜੇਪੀ ਨੂੰ ਸ਼ੀਸ਼ਾ ਦਿਖਾਉਣ ਦਾ, ਕਿਉਂਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਥੇ ਮੋਮੋ ਠੱਗਣੀਆਂ ਚਾਲਾਂ ਚੱਲ ਕੇ ਪੰਜਾਬ ਸਰਕਾਰ ਬਣਾਈ ਸੀਗੀ, ਜੋ ਝੂਠੇ ਵਾਅਦੇ ਕੀਤੇ ਗਏ ਸਨ, ਅੱਜ ਉਹ ਉਹਨਾਂ ਵਾਅਦਿਆਂ ਦੇ ਉੱਪਰ ਖਰੇ ਨਹੀਂ ਉਤਰੇ ਔਰ ਬੁਰੇ ਤਰੀਕੇ ਦੇ ਨਾਲ ਜਿਹੜੇ ਆ ਨਾਕਾਮਯਾਬ ਹੋਏ ਨੇ ਔਰ ਪੰਜਾਬ ਦੇ ਲੋਕ ਜਿਹੜੇ ਹੈ ਔਰ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਆਉਣਗੇ, ਇਸ ਗੱਲ ਦੀ ਮੈਨੂੰ ਆਸ ਹੀ ਨਹੀਂ, ਪੂਰਨ ਵਿਸ਼ਵਾਸ ਹੈ। ਜਿੱਥੋਂ ਤੱਕ ਗੱਲ ਕੀਤੀ ਜਾਏ, ਮੈਂ ਤੁਹਾਡੀਆਂ ਦੋ ਜਿਹੜੀਆਂ ਨੇ ਨਿਆਂ ਪੱਤਰ ਦੇ ਵਿੱਚ ਜਿਹੜੀ ਤੁਸੀਂ ਗੱਲਾਂ ਕੀਤੀਆਂ ਨੇ, ਇੱਕ ਤਾਂ ਕਿਸਾਨਾਂ ਵਾਲੀ ਗੱਲ ਚੁੱਕਣਾ ਪਸੰਦ ਕਰਾਂਗੀ, ਦੂਜੀ ਮੈਂ ਮਜ਼ਦੂਰਾਂ ਦੀ ਗੱਲ ਕਰਾਂਗੀ। ਇੱਥੇ ਤੁਸੀਂ ਠੇਕੇਦਾਰੀ ਸਿਸਟਮ ਦੀ ਗੱਲ ਕੀਤੀ ਹੈ, ਕੰਟਰੈਕਚੁਅਲ ਸਿਸਟਮ ਹੈਗਾ ਜਿਹੜਾ ਉਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਹੈ ਉਹ ਤਕਲੀਫ ਦੇ ਰਿਹਾ ਆਮ ਤੌਰ 'ਤੇ ਲੋਕਾਂ ਨੂੰ, ਕਿਉਂਕਿ ਉਹਦੇ ਵਿੱਚ ਕੋਈ ਵੀ ਕਿਸੇ ਪਾਸੇ ਗੱਲਾਂ ਨਹੀਂ ਬਣ ਰਹੀਆਂ। ਮਨਰੇਗਾ ਵੀ ਪ੍ਰੋਪਰ ਤਰੀਕੇ ਨਾਲ ਜਿਸ ਤਰੀਕੇ ਨਾਲ ਸ਼ਾਇਦ ਸ਼ੁਰੂਆਤ ਜਾਂ ਜਿਸ ਪਾਲਿਸੀ ਦੇ ਤਹਿਤ ਲੈ ਕੇ ਆਇਆ ਗਿਆ ਸੀ, ਉਹਦਾ ਇੰਪਲੀਮੈਂਟੇਸ਼ਨ ਹੁਣ ਰਿੜਦੇ ਰਿੜਦੇ ਕੁਝ ਹੋਰ ਦਾ ਹੋਰ ਹੀ ਬਣ ਗਿਆ। ਜੇ ਕਿਸਾਨਾਂ ਦੀ ਗੱਲ ਕੀਤੀ ਜਾਏ ਤਾਂ ਕਿਸਾਨ ਜਿਹੜੇ ਤੁਸੀਂ ਖਾਸ ਤੌਰ 'ਤੇ ਲਿਖਿਆ ਕਿ MSP ਦੀ ਕਾਨੂੰਨੀ ਗਰੰਟੀ, ਇਹੀ ਉਹ ਮੰਗ ਰਹੇ ਨੇ, ਉਹ ਇਸੇ ਕਰਕੇ BJP ਦਾ ਘਿਰਾਓ ਕਰ ਰਹੇ ਨੇ। BJP ਕਹਿੰਦੀ ਇਹ ਪੋਸੀਬਲ ਹੀ ਨਹੀਂ ਹੋ ਸਕਦਾ ਕਿਸੇ ਵੀ ਹਾਲਾਤ ਦੇ ਵਿੱਚ, ਜਾਂ ਬਹੁਤ ਔਖਾ ਹੈਗਾ ਇਹਨਾਂ ਨੂੰ ਕਰਨਾ। WTO ਦੀਆਂ ਗੱਲਾਂ, ਟ੍ਰੇਡ ਔਰਗਨਾਈਜੇਸ਼ਨ ਦੀਆਂ ਗੱਲਾਂ ਆਉਂਦੀਆਂ, ਟ੍ਰੇਡ ਔਰਗਨਾਈਜੇਸ਼ਨ ਦੀਆਂ, ਤੁਸੀਂ ਕਿਸ ਤਰੀਕੇ ਕਿਹੜੇ ਅੰਕੜੇ ਲਾਏ ਨੇ? ਕਾਂਗਰਸ ਪਾਰਟੀ ਨੇ ਕਿਹੜਾ ਐਸਾ ਜਿਹੜਾ ਹੈਗਾ ਸਿਸਟਮ ਉਲੀਕ ਦੇਣਾ ਕਿ ਉਹਨਾਂ ਨੂੰ ਗਰੰਟੀ ਦੇ ਕੇ ਖਾਸ ਕਰਕੇ ਕਿਸਾਨਾਂ ਨੂੰ ਤੁਸੀਂ ਜਿਹੜਾ ਉਹ ਖੁਸ਼ ਕਰ ਸਕੋਗੇ? ਦੇਖੋ, ਜਿੱਥੋਂ ਤੱਕ BJP ਦਾ ਸਵਾਲ ਹੈ, ਉਹਦੇ ਵਿੱਚ ਕਿਤੇ ਵੀ ਹੁਣ ਕਿਸੇ ਕੋਲ ਮੇਰੇ ਕੋਲ ਇਹ ਲੁਕਿਆ ਛੁਪਿਆ ਸਵਾਲ ਨਹੀਂ ਹੈ। ਜੋ ਉਹਨਾਂ ਦਾ ਰਵੱਈਆ ਕਿਸਾਨਾਂ ਦੇ ਪ੍ਰਤੀ ਦੇਸ਼ ਦੇ ਵਿੱਚ ਔਰ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਕਿਸਾਨਾਂ ਪ੍ਰਤੀ, ਬੜਾ ਉਹ ਇੱਕ ਮਾੜਾ ਵਤੀਰਾ ਔਰ ਇੱਕ ਜਿਹੜਾ ਸੀਗਾ ਅਨਫਰੈਂਡਲੀ ਐਟੀਟਿਊਡ ਸੀਗਾ BJP ਦਾ ਕਿਸਾਨੀ ਦੇ ਪ੍ਰਤੀ। ਔਰ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ ਸਾਡੇ ਕਿਸਾਨ ਵੀਰਾਂ ਔਰ ਭਰਾਵਾਂ ਦੇ ਪ੍ਰਤੀ, ਕਾਂਗਰਸ ਦਾ ਸਟੈਂਡ ਹਮੇਸ਼ਾ ਜਿਹੜੀ ਹੈ ਉਹ ਕਾਂਗਰਸ ਨੇ ਪੰਜਾਬ ਦੀ ਔਰ ਦੇਸ਼ ਦੇ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਹੈ, ਚਾਹੇ ਉਹਨਾਂ ਦਾ ਕਰਜ਼ਾ ਮੁਆਫੀ ਦੀ ਗੱਲ ਕੀਤੀ ਗਈ ਹੋਵੇ। ਪੰਜਾਬ ਦੀ ਧਰਤੀ 'ਤੇ ਵੀ ਜਿਹੜਾ ਕਾਂਗਰਸ ਪਾਰਟੀ ਦਾ ਸਾਡੇ ਪਿਛਲੇ 5 ਸਾਲ ਸਰਕਾਰ ਗਈ ਹੈ, ਉਹਦੇ ਵਿੱਚ ਜਿਹੜਾ ਸੀਗਾ ਕਿਸਾਨਾਂ ਦਾ ਕਰਜ਼ਾ ਮੁਆਫੀ ਦਾ ਸੀਗਾ ਜਿਹੜੀ ਉਹ ਉਸ ਦਿਸ਼ਾ ਦੇ ਵਿੱਚ ਕਾਂਗਰਸ ਪਾਰਟੀ ਨੇ ਚਾਹੇ ਥੋੜ੍ਹਾ ਕੀਤਾ ਚਾਹੇ ਬਹੁਤਾ ਕੀਤਾ, ਬਟ ਕੀਤਾ ਜ਼ਰੂਰ। ਇਸੇ ਤਰ੍ਹਾਂ ਦੇਸ਼ ਦੇ ਵਿੱਚ ਜਦੋਂ UPA ਦੀ ਸਰਕਾਰ ਸੀ ਤਾਂ ਡਾਕਟਰ ਮਨਮੋਹਨ ਸਿੰਘ ਜੀ ਨੇ ਕਿਸਾਨ ਭਰਾਵਾਂ ਦੀ ਬਾਂਹ ਫੜੀ ਸੀ ਔਰ ਮੇਰੇ ਖਿਆਲ ਸ਼ਾਇਦ ਉਦੋਂ 72,000 ਕਰੋੜ ਰੁਪਇਆ ਕਿਸਾਨਾਂ ਦਾ ਕਰਜ਼ਾ ਜਿਹੜਾ ਸੀਗਾ ਉਹ ਮੁਆਫ ਕੀਤਾ ਸੀਗਾ। ਜਿੱਥੋਂ ਤੱਕ BJP ਦਾ ਸਵਾਲ ਹੈ, BJP ਨੇ ਜੋ ਤਸ਼ੱਦਦ ਕਰਜ਼ਾ ਮੁਆਫੀ ਤੋਂ ਬਾਅਦ, ਬੜੀ ਦੂਰ ਦੀ ਗੱਲ ਹੈ, ਜਿਸ ਤਰੀਕੇ ਨਾਲ ਪੂੰਜੀਪਤੀ ਘਰਾਨਿਆਂ ਦਾ, ਕਾਰਪੋਰੇਟ ਘਰਾਨਿਆਂ ਦਾ ਜਿਹੜਾ ਸੀਗਾ ਉਹ 15-16 ਲੱਖ ਕਰੋੜ ਰੁਪਇਆ ਜਿਹੜਾ ਮਾਫ਼ ਕਰਕੇ ਉਹਨਾਂ ਨੂੰ ਐਡੀ ਵੱਡੀ ਰਾਹਤ ਦਿੱਤੀ ਗਈ, ਪਰ ਕਿਸਾਨ ਭਰਾਵਾਂ ਦੇ ਨਾਲ ਜੋ ਇਹ ਅਨਿਆਏ ਔਰ ਇੱਕ ਵਿਤਕਰੇ ਦੀ ਭਾਵਨਾ ਦੇ ਨਾਲ ਦੇਸ਼ ਦੇ ਵਿੱਚ BJP ਦੀ ਸਰਕਾਰ ਨੇ ਕੰਮ ਕੀਤਾ, ਉਸ ਤੋਂ ਕਿਸਾਨ ਜਿਹੜੇ ਨੇ ਦੇਸ਼ ਦੇ ਬਹੁਤ ਖਫਾ ਨੇ ਔਰ ਉਹ ਸਰਕਾਰ ਨੂੰ ਇਸ ਨੂੰ ਜਲਦੀ ਕਰਨ ਦਾ ਮਨ ਬਣਾ ਚੁੱਕੇ ਨੇ। ਔਰ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਦੂਸਰੀ ਗੱਲ ਮਜ਼ਦੂਰਾਂ ਦੀ ਕੀਤੀ ਹੈ, ਮਜ਼ਦੂਰਾਂ ਦਾ ਵੀ ਮੈਂ ਇਹ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਗੱਲਾਂ ਕੀਤੀਆਂ ਗਈਆਂ ਸੀਗੀਆਂ ਕਿ ਦੇਸ਼ ਦੇ ਵਿੱਚੋਂ ਗਰੀਬੀ ਨੂੰ ਖਤਮ ਕਰਕੇ ਅਸੀਂ ਜਿਹੜਾ ਹੈ ਆਰਥਿਕ ਜਿਹੜੀ ਹੈ ਮਜ਼ਬੂਤੀ ਲੈ ਕੇ ਆਵਾਂਗੇ, ਲੇਕਿਨ ਜਿਹੜਾ ਮਜ਼ਦੂਰ ਹੈ ਉਹਦਾ ਜਿਹੜਾ ਉਹ ਗਰੀਬ ਦਾ ਗਰੀਬ ਹੁੰਦਾ ਗਿਆ ਔਰ ਉਹਦਾ ਆਰਥਿਕ ਤੌਰ 'ਤੇ ਸ਼ੋਸ਼ਣ ਹੀ ਹੋਇਆ। ਕੋਈ ਜੇ ਕਹੀਏ ਕਿ ਤਰੱਕੀ ਆਈ ਹੈ, ਖੁਸ਼ਹਾਲੀ ਆਈ ਹੈ, ਅਤੇ ਚੰਦ ਦੇਸ਼ ਦੇ ਪੂੰਜੀਪਤੀ ਜਿਹੜੇ ਘਰਾਨੇ ਨੇ, ਜਿਹੜੇ ਕਾਰਪੋਰੇਟ ਹਾਊਸਿਸ, ਵੱਡੇ ਇੰਡਸਟਰੀਅਲ ਬਿਗ ਹਾਊਸਿਸ ਨੇ, ਉਹਨਾਂ ਦੇ ਵਿੱਚ ਤਾਂ ਖੁਸ਼ਹਾਲੀ ਦੇਖਣ ਨੂੰ ਮਿਲੀ ਹੈ, ਪਰ ਦੇਸ਼ ਦਾ ਕਿਸਾਨ ਔਰ ਜਿਹੜਾ ਮਜ਼ਦੂਰ ਹੈ ਉਹਦੇ ਹਾਲਾਤ ਜਿਹੜੇ ਆ ਉਹ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਦਿਨ ਬ ਦਿਨ ਵੱਧ ਤੋਂ ਬਦਤਰ ਹੀ ਹੋਏ ਨਜ਼ਰ ਆਏ ਨੇ ਔਰ ਲੋਕ ਮਨ ਬਣਾ ਚੁੱਕੇ ਆ ਕਿ ਅਜਿਹੀ ਸਰਕਾਰ ਨੂੰ ਅਸੀਂ 1 ਜੂਨ ਵਾਲੇ ਦਿਨ ਜਿਹੜਾ ਹੈ ਸ਼ੀਸ਼ਾ ਜ਼ਰੂਰ ਦਿਖਾਵਾਂਗੇ।
ਡੈਨੀ ਜੀ, ਜਿੱਥੋਂ ਤੱਕ ਗੱਲ ਕਰੀਏ ਅਸੈਂਬਲੀ ਇਲੈਕਸ਼ਨਸ ਨਹੀਂ ਨੇ, ਪਾਰਲੀਮੈਂਟਰੀ ਇਲੈਕਸ਼ਨਸ ਨੇ, ਕਿਉਂਕਿ ਇਹਦੇ ਨਾਲ ਐਮ ਪੀ ਚੁਣੇ ਜਾਣੇ ਨੇ ਔਰ ਐਮ ਪੀਆਂ ਨੇ ਚੁਣ ਕੇ ਆਪਣਾ ਪ੍ਰਧਾਨ ਮੰਤਰੀ ਚੁਣਨਾ, ਹੁਣ ਵਾਲੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਵੱਖ ਵੱਖ ਬਿਆਨ ਲਗਾਤਾਰ ਦੇ ਰਹੇ ਨੇ, ਤਰ੍ਹਾਂ ਤਰ੍ਹਾਂ ਦਾ ਬਿਆਨ ਆ ਰਹੇ ਨੇ, ਕਈ ਵਾਰੀ ਉਹਨਾਂ ਨੂੰ ਕਮਿਊਨਲ ਤਰੀਕੇ ਦੇ ਨਾਲ ਦੇਖਿਆ ਜਾਂਦਾ, ਕਦੀ ਉਹ ਕਹਿੰਦੇ ਜੀ ਕਾਂਗਰਸ ਤੁਹਾਡੀਆਂ ਬੱਕਰੀਆਂ ਮੱਝਾਂ ਤੱਕ ਜਿਹੜਾ ਉਹਦਾ ਹਿਸਾਬ ਮੰਗੇਗੀ, ਉਹਦੇ ਬਾਅਦ ਮੰਗਲ ਸੂਤਰ ਤੱਕ ਦੀ ਉਹਨਾਂ ਨੇ ਗੱਲ ਕਰ ਦਿੱਤੀ, ਹੁਣ ਵੀ ਜੇ ਗੱਲ ਕੀਤੀ ਹੈ ਇੱਕ ਪਰਟੀਕੁਲਰ ਚੈਨਲ ਦੇ ਵਿੱਚ ਉਹ ਆਪਣੀ ਇੱਕ ਇੰਟਰਵਿਊ ਵਿੱਚ ਕਹਿ ਰਹੇ ਸਨ ਕਿ ਜਦੋਂ ਉਹਨਾਂ ਨੂੰ ਐਂਕਰ ਨੇ ਸਵਾਲ ਵੀ ਕੀਤਾ ਕਿ ਜੇਕਰ ਤੁਸੀਂ ਦੁਬਾਰਾ ਆ ਗਏ ਪ੍ਰਧਾਨ ਮੰਤਰੀ ਬਣ ਗਏ ਜਾਂ ਤੁਹਾਡੀ ਸਰਕਾਰ ਆ ਗਈ, ਉਹਨਾਂ ਨੇ ਕਿਹਾ ਕਿ ਸ਼ੰਕਾ ਨਾ ਤੁਸੀਂ ਬਿਲਕੁਲ ਵੀ ਮਨ ਵਿੱਚ ਲਿਆਓ, ਤੁਸੀਂ ਸ਼ੰਕਾ ਕਿਉਂ ਲੈ ਕੇ ਆਉਂਦੇ ਹੋ, ਹਜੇ ਵੀ ਜਿਹੜੇ ਨੇ ਉਹ ਆਪਣੇ ਤਰੀਕੇ ਦੇ ਨਾਲ ਇੱਕ ਪਾਸੇ ਨਰਵਸ ਵੀ ਸ਼ਾਇਦ ਕਿਤੇ ਨਾ ਕਿਤੇ ਦਿਖਾਈ ਦੇ ਰਹੇ। ਤੁਹਾਨੂੰ ਕੀ ਲੱਗਦਾ ਹੈ ਕਿ ਲੋਕਤੰਤਰ ਦੀ ਵਾਕਈ ਹੀ ਲੋਕਾਂ ਨੂੰ ਹੁਣ ਜਾਗਰੂਕ ਹੋਏ ਨੇ ਕੁਛ ਨਾ ਕੁਛ, ਔਰ ਜਿੱਥੋਂ ਤੱਕ ਦੇਖਿਆ ਜਾਏ ਪ੍ਰੈਸ਼ਰ ਗਰੁੱਪਸ ਜਾਂ ਫਿਰ ਤੁਸੀਂ ਚਾਹੇ ਸਿਆਸਤਦਾਨ ਹੋ ਪਰ ਕਿਸਾਨਾਂ ਦਾ, ਔਰ ਖਾਸ ਕਰਕੇ ਇੱਕ ਸਾਲ ਜਿਹੜੇ ਕਿਸਾਨ ਬਰੂਹਾਂ 'ਤੇ ਬੈਠੇ ਜਾ ਕੇ ਦਿੱਲੀ ਦੀਆਂ, ਤੁਹਾਨੂੰ ਕੀ ਲੱਗਦਾ ਵੀ ਇਹਨਾਂ ਸਾਰਿਆਂ ਦੇ ਕੰਟਰੀਬਿਊਸ਼ਨ ਹੈ ਲੋਕਾਂ ਨੂੰ ਥੋੜ੍ਹਾ ਜਿਹਾ ਜਗਾਉਣ ਦੇ ਵਿੱਚ? ਬਹੁਤ ਵੱਡਾ ਜਿਹੜਾ ਤੁਸੀਂ ਸਵਾਲ ਕੀਤਾ, ਮੇਰੇ ਖਿਆਲ ਜਿਹੜੀ ਕਾਂਗਰਸ ਦੀ ਆਈਡੀਓਲੋਜੀ ਹੈ, ਕਾਂਗਰਸ ਕਦੀ ਦੇਸ਼ ਦੇ ਵਿੱਚ ਜਿਹੜੀ ਹੈ ਨਫ਼ਰਤ ਦੀ ਭਾਵਨਾ ਪੈਦਾ ਨਹੀਂ ਕਰਦੀ, ਕਦੀ ਕਮਿਊਨਲ ਪੋਲੀਟਿਕਸ ਦੇ ਵਿੱਚ ਕਦੀ ਕਾਂਗਰਸ ਪਾਰਟੀ ਨੇ ਵਿਸ਼ਵਾਸ ਨਹੀਂ ਰੱਖਿਆ, ਹਮੇਸ਼ਾ ਸੈਕੂਲਰਿਜ਼ਮ ਦੇ ਵਿੱਚ ਕਾਂਗਰਸ ਦੀ ਜਿਹੜੀ ਵਿਚਾਰਧਾਰਾ ਆਈਡੀਓਲੋਜੀ ਉਹਦੇ ਵਿੱਚ ਵਿਸ਼ਵਾਸ ਰੱਖਦੇ ਹੈ, ਔਰ ਅਸੀਂ ਖਾਸ ਕਰਕੇ ਪੰਜਾਬ ਦੀ ਧਰਤੀ ਹੈ ਜਿਹੜੀ ਉਹ ਸਾਂਝੀਵਾਲਤਾ ਦਾ ਔਰ ਆਪਸੀ ਭਾਈਚਾਰਕ ਦਾ ਜਿਹੜਾ ਸਾਂਝ ਹੈ ਉਹਦਾ ਸੰਦੇਸ਼ ਦਿੰਦੀ ਹੈ। ਕਾਂਗਰਸ ਕਦੀ ਅਜਿਹੀਆਂ ਰਾਜਨੀਤੀ ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਨਫ਼ਰਤ ਪੈਦਾ ਹੋਵੇ, ਆਪਸੀ ਭਾਈਚਾਰਕ ਸਾਂਝ ਟੁੱਟੇ, ਕਦੀ ਉਹਨਾਂ 'ਚ ਵਿਸ਼ਵਾਸ ਨਹੀਂ ਰੱਖਿਆ, ਔਰ ਅਸੀਂ ਆਪਣੀ ਜਿਹੜੀ ਪੋਜ਼ਿਟਿਵ ਸੋਚ ਹੈ, ਅਪਰੋਚ ਹੈ ਪਾਰਟੀ ਦੀ, ਉਹ ਲੈ ਕੇ ਅਸੀਂ ਅੱਗੇ ਵਧਾਂਗੇ, ਔਰ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਦਾ ਸਮਰਥਨ ਜਿਹੜਾ ਹੈ ਉਸ ਨੂੰ ਅਸੀਂ ਉਹਨਾਂ ਦੀ ਜਿਹੜੀ ਹੈ ਉਹ ਬੇਨਤੀ ਕਰਕੇ ਉਹਨਾਂ ਦਾ ਸਮਰਥਨ ਜਿਹੜਾ ਹੈ ਉਹਦਾ ਅਸੀਂ ਜਿਹੜੀ ਹੈ ਉਸਦੀ ਆਸ ਔਰ ਜਿਹੜੀ ਉਮੀਦ ਔਰ ਕਾਮਨਾ ਅਸੀਂ ਉਹਨਾਂ ਕੋਲ ਕਰਾਂਗੇ। ਫਿਰ ਵਾਪਸ ਆਉਂਦੇ ਹਾਂ ਆਪਾਂ ਪੰਜਾਬ 'ਤੇ, ਆਪਣੇ ਸੂਬੇ 'ਤੇ ਵਾਪਸ ਆਉਂਦੇ ਹਾਂ, ਜਿਹੜੇ ਤੁਹਾਡੇ ਮਤਲਬ ਕਿ ਕਾਂਗਰਸ ਪਾਰਟੀ ਦੇ ਜਿਹੜੇ ਕਿ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਸੁਨੀਲ ਜਾਖੜ, ਉਹ ਹੁਣ ਪ੍ਰਧਾਨ ਨੇ ਬੀਜੇਪੀ ਦੇ ਪੰਜਾਬ ਦੇ, ਉਹਨਾਂ ਨੇ ਕੱਲ੍ਹ ਖਾਸ ਤੌਰ 'ਤੇ ਪਿਛਲੇ ਦਿਨੀ ਕਿਉਂਕਿ ਕਿਸਾਨਾਂ ਨੇ ਉਹਨਾਂ ਨੂੰ ਰੋਕਿਆ, ਬੀਜੇਪੀ ਦੇ ਹਰ ਕਿਸੇ ਨੇਤਾ ਨੂੰ, ਕਾਰਕੁਨ ਨੂੰ ਜਿਹੜੇ ਹੈ ਖਾਸ ਕਰਕੇ ਲੀਡਰਾਂ ਨੂੰ ਕਿਸਾਨ ਰੋਕ ਰਹੇ ਨੇ, ਸਵਾਲ ਕਰ ਰਹੇ ਨੇ, ਔਰ ਉਹਨਾਂ ਦੀ ਉਹੀ ਗੱਲਾਂ ਨੇ ਕਿ ਤੁਸੀਂ ਜਿਹੜੀ ਸਾਡੀ ਗਰੰਟੀ ਫਸਲ ਦੀ ਗਰੰਟੀ ਕਰੋ ਜਾਂ ਬਾਕੀ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ। ਉਹਨਾਂ ਨੇ ਕਿਹਾ ਕਿ ਜੇ ਕਿਸਾਨ ਇੰਨੇ ਹੀ ਨੇ ਤਾਂ ਆਪ ਰਾਜਨੀਤੀ 'ਚ ਉਤਰ ਰਹਿਣ, ਦੂਜਾ ਬਿਆਨ ਉਹਨਾਂ ਨੇ ਦਿੱਤਾ ਜੇ ਐਸੀ ਗੱਲ ਹੈਗੀ ਹੈ ਤਾਂ ਫਿਰ ਇੱਕ ਪਾਰਟੀ ਦੇ ਨਾਲ ਜੁੜ ਜਾਣ, ਕਿਸੇ ਵੀ ਪਾਰਟੀ ਦੇ ਨਾਲ ਜੁੜ ਜਾਣ ਔਰ ਓਪਨਲੀ ਅਨਾਊਂਸ ਕਰਨ ਕਿ ਅਸੀਂ ਇਸ ਪਾਰਟੀ ਦੇ ਨਾਲ ਜੁੜੇ ਹਾਂ ਔਰ ਇਸ ਪਾਰਟੀ ਦੇ ਨਾਲ ਨਿਤਰਾਂਗੇ, ਤਾਂ ਕਿ ਉਹਦੇ ਐਮ ਪੀਜ਼ ਬਣ ਕੇ ਜਾਣ ਅਤੇ ਉੱਥੇ ਜਾ ਕੇ ਉਹਨਾਂ ਦੀ ਆਵਾਜ਼ ਤਾਂ ਚੁੱਕਣ। ਉਹ ਕਹਿੰਦੇ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਤੁਸੀਂ ਇੱਕ ਪਰਟੀਕੁਲਰ ਪਾਰਟੀ ਦੇ ਹੀ ਪਿੱਛੇ ਪਏ ਹੋਏ ਹੋ, ਬਾਕੀ ਪਾਰਟੀਆਂ ਨੇ ਵੀ ਬਹੁਤ ਨੁਕਸਾਨ ਕੀਤਾ, ਤੁਹਾਡਾ ਕਾਂਗਰਸ ਦਾ ਵੀ ਜਿਹੜਾ ਉਹ ਨਾਮ ਵਾਰ ਵਾਰ ਲੈ ਰਹੇ ਸੀ। ਦੇਖੋ, ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਜਾਖੜ ਸਾਹਿਬ ਜਿਹੜੇ ਹੈ ਇਹਨਾਂ ਬਿਆਨਬਾਜ਼ੀ ਦੇ ਉੱਤੇ ਸਾਫ਼ ਇਹ ਗੱਲਾਂ ਝਲਕਦੀਆਂ ਨੇ ਵੀ ਅੱਜ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਪਾਰਟੀ ਜਿਹਨੇ ਹੈਗੀ ਹੈ ਭਾਜਪਾ, ਉਹਦੇ ਜਿਹੜੀ ਜ਼ਮੀਨ, ਸਿਆਸੀ ਜ਼ਮੀਨ ਜਿਹੜੀ ਹੈ ਪੈਰਾਂ ਦੇ ਹੱਥੋਂ ਜਿਹੜੀ ਹੈ ਉਹ ਹੇਠਾਂ ਖਿਸਕਦੀ ਨਜ਼ਰ ਆ ਰਹੀ ਹੈ, ਔਰ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਇੱਕ ਘਬਰਾਹਟ ਹੈ ਕਿ ਜਿਹੜੇ 1 ਜੂਨ ਨੂੰ ਉਹ ਨਤੀਜੇ ਸਾਹਮਣੇ 4 ਜੂਨ ਨੂੰ ਨਿਕਲ ਕੇ ਆਉਣੇ ਨੇ, ਉਸ ਦਿਨ ਜਿਹੜਾ ਹੈ ਉਹ ਪੰਜਾਬ ਦੇ ਲੋਕ ਜਿਹੜਾ ਹੈ ਇਹਨਾਂ ਨੂੰ ਸ਼ੀਸ਼ਾ ਦਿਖਾਉਣ ਜਾ ਰਹੇ ਨੇ, ਔਰ ਉਹ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਇਹ ਅਜਿਹੀਆਂ ਗੱਲਾਂ ਕਰਨ ਦਾ ਜਿਹੜਾ ਮਕਸਦ ਹੈ ਉਹ ਮੈਨੂੰ ਇਹੋ ਲੱਗ ਰਿਹਾ, ਸਮਝ ਆ ਰਿਹਾ ਵੀ ਸ਼ਾਇਦ ਉਹ ਇਹਨਾਂ ਗੱਲਾਂ ਤੋਂ ਬੁਖਲਾਹਟ ਦੇ ਵਿੱਚ ਨੇ, ਔਰ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਚਿੰਤਾ ਹੈ ਕਿ ਪੰਜਾਬ ਦੇ ਲੋਕ ਔਰ ਜਿਹੜੇ ਕਿਸਾਨ ਨੇ ਉਹ ਹੁਣ ਜ਼ਿਆਦਾ ਉਹਨਾਂ ਨੂੰ ਮੂੰਹ ਲਾਉਣ ਦੇ ਪਾਸੇ ਨਹੀਂ ਹੈ, ਔਰ ਕਿਤੇ ਨਾ ਕਿਤੇ ਬੜੀ ਵਾਜਬ ਗੱਲ ਵੀ ਹੈ, ਜਾਖੜ ਸਾਹਿਬ ਨੂੰ ਪਹਿਲਾਂ ਪੰਜਾਬ ਦੇ ਨਾਲ ਖੜੇ ਹੋਣਾ ਚਾਹੀਦਾ, ਪੰਜਾਬ ਦੀ ਕਿਸਾਨੀ ਦੀ ਗੱਲ ਕਰਨੀ ਚਾਹੀਦੀ ਹੈ, ਪੰਜਾਬ ਦੇ ਕਿਸਾਨ ਭਰਾਵਾਂ ਦੇ ਮੁੱਦਿਆਂ ਦੇ ਉੱਪਰ ਬੋਲਣਾ ਚਾਹੀਦਾ, ਨਾ ਕਿ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀ ਕਿਸਾਨ ਜਿਹੜੇ ਉਹ ਅਲੱਗ ਪਾਰਟੀ ਬਣਾ ਲੈਣ, ਅਲੱਗ ਪਾਰਟੀ ਬਣਾ ਕੇ ਦੇਸ਼ ਦੇ ਵਿੱਚ ਆਪਣੇ ਸੰਸਦ ਵਿੱਚ ਬਣਾ ਕੇ ਉੱਥੇ ਭੇਜਣ। ਇਹ ਗੱਲਾਂ ਮੇਰੇ ਖਿਆਲ ਜਾਖੜ ਸਾਹਿਬ ਵਰਗੇ ਇੱਕ ਵੱਡੇ ਚਿਹਰੇ ਤੋਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਸ਼ੋਭਾ ਨਹੀਂ ਦਿੰਦੀ ਉਹਨਾਂ ਦੇ ਮੂੰਹ ਦੇ ਉੱਪਰੋਂ, ਉਹ ਵੀ ਕਿਸਾਨ ਭਾਈਆਂ ਦੇ ਬਾਰੇ ਇਹੋ ਜਿਹੀਆਂ ਗੱਲਾਂ ਕਰਨੀਆਂ। ਡੈਨੀ ਜੀ, ਜਿੱਥੋਂ ਤੱਕ ਗੱਲ ਕਰੀਏ ਆਪਾਂ ਪਿਛਲੇ ਦਿਨੀ ਆਪਾਂ ਦੇਖਿਆ ਕਿ
ਖਾਸ ਤੌਰ ਤੇ ਰਾਹੁਲ ਗਾਂਧੀ ਉਹਨਾਂ ਨੇ ਯਾਤਰਾਵਾਂ ਕੀਤੀਆਂ, ਲੋਕਾਂ ਨੂੰ ਆਪਣੇ ਨਾਲ ਜੋੜਿਆ। ਉਹਦੇ ਬਾਅਦ ਹੁਣ ਜਦੋਂ ਇਹ ਮਾਹੌਲ ਭਖਿਆ ਇਲੈਕਸ਼ਨ ਦਾ, ਉਹਦੇ ਵਿੱਚ ਪ੍ਰਿਯੰਕਾ ਗਾਂਧੀ ਨੇ ਬਹੁਤ ਪ੍ਰੋਪਰ ਤਰੀਕੇ ਦੇ ਨਾਲ ਔਰ ਬਹੁਤ ਜ਼ਿਆਦਾ ਕੋਸ਼ਿਸ਼ ਕਰਕੇ ਪ੍ਰਧਾਨ ਮੰਤਰੀ ਹੋਰਾਂ ਨੂੰ ਘੇਰਨ ਦੀ ਜਾਂ ਬੀਜੇਪੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਔਰ ਬੜੀ ਆਪਣੇ ਤਰੀਕੇ ਦੇ ਨਾਲ ਆਪਣੇ ਅੰਦਾਜ਼ ਦੇ ਵਿੱਚ, ਸ਼ਾਇਦ ਆਪਣੇ ਅੰਦਾਜ਼ ਤੋਂ ਥੋੜ੍ਹਾ ਪਰੇ ਜਾ ਕੇ ਵੀ ਉਹਨਾਂ ਨੇ ਕਾਫੀ ਹੱਦ ਤੱਕ ਜਿਹੜਾ ਹੈ ਚੀਜ਼ਾਂ ਨੂੰ ਸਮਿਟਣ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਜਿੱਥੋਂ ਤੱਕ ਭਾਜਪਾ ਦਾ ਪੂਰਾ ਇੱਕ ਉਹਨਾਂ ਨੇ ਤੁਹਈਆ ਹੀ ਕਰ ਲਿਆ ਸੀ ਕਿ ਕਾਂਗਰਸ ਦਾ ਪੂਰੇ ਤਰੀਕੇ ਨਾਲ ਸਫਾਇਆ ਕਰ ਦੇਣਾ ਔਰ ਆਮ ਆਦਮੀ ਪਾਰਟੀ ਜਿਹੜਾ ਹੈਗਾ ਉਹ ਵੀ ਕਿਤੇ ਨਾ ਕਿਤੇ ਉਸੇ ਤਰਜ਼ 'ਤੇ ਗੱਲ ਕਰਦੀ ਨਜ਼ਰ ਆ ਰਹੀ ਹੈ। ਪਰ ਕਿਉਂਕਿ ਉੱਪਰ ਤੁਹਾਡੇ ਸਿਰ ਜੁੜੇ ਹੋਏ ਨੇ, ਤੁਹਾਨੂੰ ਲੱਗਦਾ ਨਹੀਂ ਕਿ ਪੋਲੀਟਿਕਸ ਬੇਸਿਕਲੀ ਜਾਂ ਸਿਆਸਤਦਾਨ ਕਿਤੇ ਨਾ ਕਿਤੇ ਲੋਕਾਂ ਨੂੰ ਹੀ ਬੇਵਕੂਫ਼ ਬਣਾ ਰਹੇ ਨੇ? ਨਹੀਂ, ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੀ ਗੱਲ ਨਹੀਂ ਹੈ। ਜਦੋਂ ਤੱਕ ਤੁਸੀਂ ਸਤਿਕਾਰਯੋਗ ਸਾਡੇ ਲੀਡਰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਦਾ ਸਵਾਲ ਕੀਤਾ ਔਰ ਸਤਿਕਾਰਯੋਗ ਸ਼੍ਰੀ ਰਾਹੁਲ ਗਾਂਧੀ ਜੀ ਦਾ ਗੱਲ ਕੀਤਾ ਔਰ ਮੈਨੂੰ ਇਹ ਨਹੀਂ ਲੱਗਦਾ, ਮੈਨੂੰ ਇੰਝ ਲੱਗਦਾ ਕਿ ਪੂਰਾ ਦੇਸ਼ ਹੀ ਜਿਹੜਾ ਅੱਜ ਉਹਨਾਂ ਨੂੰ ਪਸੰਦ ਕਰ ਰਿਹਾ ਔਰ ਦੇਸ਼ ਦੀ ਪਹਿਲੀ ਪਸੰਦ ਜਿਹੜੀ ਹੈ ਉਹ ਬੜੀ ਸਾਹਮਣੇ ਉੱਭਰ ਕੇ ਆਈ ਹੈ ਕਿ ਰਾਹੁਲ ਗਾਂਧੀ ਨੂੰ ਸਰਵ ਪ੍ਰਵਾਨਿਕ ਨੇਤਾ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਨੇ। ਔਰ ਦੂਸਰੀ ਜਿਹੜੀ ਗੱਲ ਤੁਸੀਂ ਬੇਵਕੂਫ਼ ਵਾਲੀ ਜਿਹੜੀ ਗੱਲ ਕੀਤੀ ਹੈ, ਤੁਸੀਂ ਇੰਡੀਆ ਬਲੌਕ ਜਾਂ ਦੂਸਰੀ ਪੰਜਾਬ ਦੇ ਵਿੱਚ ਕੀਤੀ ਹੈ, ਪੰਜਾਬ ਦੇ ਹਾਲਾਤ ਜਿਹੜੇ ਹੈ, ਪੰਜਾਬ ਦੇ ਹਾਲਾਤਾਂ ਨੂੰ ਆਪਾਂ ਦੇਸ਼ ਦੀ ਦੂਸਰੀ ਰਾਜਨੀਤੀ ਨਾਲ, ਹਾਂ ਦੂਸਰੀ, ਹਾਂ ਮੈਂ ਨਿਗਾਰ ਦਾ ਜਿੱਥੋਂ ਸਵਾਲ ਹੈ, ਨਿਗਾਰ ਪੰਜਾਬ ਦੇ ਵਿੱਚ ਖਾਸ ਕਰਕੇ ਮੈਂ ਵਿਸ਼ੇਸ਼ ਤੌਰ 'ਤੇ ਗੱਲ ਕਰਨਾ, ਤਾਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਲ ਬਦਲੀਆਂ ਹੋਈਆਂ ਨੇ, ਦਲ ਬਦਲੂ ਸਾਹਮਣੇ ਆਏ ਨੇ ਲੋਕ, ਪੰਜਾਬ ਦੇ ਲੋਕ ਬੜੇ ਸੂਝਵਾਨ ਨੇ, ਬੜੇ ਜਾਗਰੂਕ ਵੋਟਰ ਹੈ ਪੰਜਾਬ ਦੇ ਲੋਕ ਔਰ ਬੜਾ ਸੋਚ ਸਮਝ ਕੇ ਮਤਦਾਨ ਕਹਿੰਦੇ ਆ ਜਦੋਂ ਕਰਨ ਜਾਂਦੇ ਆ, ਵੋਟ ਕਰਨ ਜਾਂਦੇ ਆ, ਬੜਾ ਸੋਚ ਸਮਝ ਕੇ ਮਤਦਾਨ ਕਰਦੇ ਆ ਔਰ ਉਹਨਾਂ ਨੂੰ ਸਮਝ ਹੈ ਸਾਰੀ ਗੱਲ ਦੀ ਕਿ ਕਿਹੜੇ ਲੋਕ ਆਪਣੀ ਸੱਤਾ ਦੀ ਲਾਲਸਾ ਪੂਰੀ ਕਰਨ ਵਾਸਤੇ ਦਲ ਬਦਲੀਆਂ ਕਰਦੇ ਆ, ਕਦੀ ਇਸ ਜਿਸ ਪਾਰਟੀ ਨੂੰ ਹਮੇਸ਼ਾ ਮਾਂ ਕਹਿ ਕੇ ਸੰਬੋਧਨ ਕਰਦੇ ਆ, ਥੋੜ੍ਹਾ ਸਮਾਂ ਬੀਤਦਾ ਅਤੇ ਉਸ ਪਾਰਟੀ ਦੇ ਬਾਰੇ ਕੂੜ ਪ੍ਰਚਾਰ ਕਰਨ ਲੱਗ ਪੈਂਦੇ ਆ। ਅਜਿਹੇ ਲੀਡਰਾਂ ਤੋਂ ਜਿਹੜੇ ਪੰਜਾਬ ਦੇ ਲੋਕ ਹੈ ਚੰਗੀ ਤਰ੍ਹਾਂ ਭਲੀ ਭਾਂਤ ਜਾਣੂ ਨੇ ਔਰ ਉਹਨਾਂ ਨੂੰ ਪਹਿਲੀ ਤਰੀਕ ਵਾਲੇ ਦਿਨ ਜਿਹੜਾ ਹੈ ਉਹਨਾਂ ਨੇ ਇਹਨਾਂ ਨੂੰ ਜਿਹੜਾ ਅੱਛੇ ਤਰੀਕੇ ਦੇ ਨਾਲ ਜਿਹੜਾ ਹੈ ਨਾ ਇਹ ਗੱਲ ਸਮਝਾ ਦੇਣੀ ਕਿ ਪੰਜਾਬ ਦੇ ਲੋਕ ਇੰਨੇ ਵੀ ਬੇਵਕੂਫ਼ ਨਹੀਂ ਜਿੰਨੇ ਇਹ ਲੀਡਰ ਉਹਨਾਂ ਨੂੰ ਸਮਝਦੇ ਆ। ਦਲ ਬਦਲੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਸਾਡੇ ਨਾਲ ਸੀਗੇ ਸੁਖਵਿੰਦਰ ਡੈਨੀ, ਜਿਹੜੇ ਕਿ ਸਾਬਕਾ MLA ਨੇ ਔਰ ਉਸਦੇ ਨਾਲ ਹੀ ਇਸ ਟਾਈਮ ਕੋ ਚੇਅਰਮੈਨ ਨੇ ਕੈਂਪੇਨ ਕਮੇਟੀ ਦੇ, ਬਹੁਤ ਤਫਸੀਲ ਦੇ ਨਾਲ ਗੱਲਬਾਤ ਕਰਕੇ ਗਏ ਹੈ। ਆਪਣੀ ਆਪਣੀ ਸੂਝ, ਆਪਣੀ ਆਪਣੀ ਗੱਲਬਾਤ ਹਰ ਲੀਡਰ ਇਸ ਟਾਈਮ ਰੱਖ ਰਿਹਾ ਹੈ, ਪਰ ਜੇ ਕਾਂਗਰਸ ਨੂੰ ਦੇਖਿਆ ਜਾਏ ਤਾਂ ਕੈਂਪੇਨ ਕਮੇਟੀ ਜਦੋਂ ਦੀ ਉਹਨਾਂ ਨੇ ਬਣਾਈ ਹੈ ਤਾਂ ਪਿਛਲੇ ਦਿਨੀ ਜਦੋਂ ਦੇ ਉਹਨਾਂ ਨੇ ਸਵਾਲ ਰੱਖਣੇ ਸ਼ੁਰੂ ਕੀਤੇ ਨੇ ਜਾਂ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ, ਲਗਾਤਾਰ ਐਕਟਿਵ ਹੈਗਾ ਇਹਨਾਂ ਦਾ ਚੰਡੀਗੜ੍ਹ ਵਾਲਾ ਆਫਿਸ। ਔਰ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਕੂੜ ਪ੍ਰਚਾਰ ਸਿਆਸਤ ਦੇ ਵਿੱਚ ਬਹੁਤ ਵੱਧ ਗਿਆ ਔਰ ਦਲ ਬਦਲੀਆਂ ਜਿਹੜੀਆਂ ਜਾਂ ਦਲ ਬਦਲੂ ਜਿਹੜੇ ਨੇ ਉਹ ਕੋਈ ਚੰਗੀ ਰਿਵਾਇਤ ਨਹੀਂ ਹੈਗੀ ਜਿਹੜੀ ਕਿ ਅੱਜ ਕੱਲ੍ਹ ਦੇ ਸਿਆਸਤਦਾਨਾਂ ਨੇ ਸ਼ੁਰੂ ਕਰ ਦਿੱਤੀ ਹੈ। ਪਰ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕ ਸੂਝਵਾਨ ਨੇ, ਬੇਵਕੂਫ਼ ਨਹੀਂ, ਉਹ ਜਾਣਦੇ ਨੇ ਕਿ ਉਹਨਾਂ ਨੇ ਕਦੋਂ ਕੀ ਕਰਨਾ ਔਰ ਹੁਣ ਹੌਲੀ ਹੌਲੀ ਖਾਸ ਕਰਕੇ ਲੋਕ ਸੂਝਵਾਨ ਹੁੰਦੇ ਚਲੇ ਜਾ ਰਹੇ ਨੇ ਔਰ ਪੰਜਾਬ ਦੇ ਵਿੱਚ ਜਾਗਰੂਕਤਾ ਆਈ ਹੈ। ਇਹ ਤਾਂ ਖਾਸ ਤੌਰ 'ਤੇ ਡੈਨੀ ਨੇ ਵੀ ਮੰਨਿਆ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ, ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ, ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿਨੂੰ ਝੋਬ ਮਾਰੀ, ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ, ਵੋਟਿੰਗ ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ। ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦੇਈਏ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ,
ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।